ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ, ਮੈਂ ਬਖਸ਼ੀਸ਼ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ 'ਤੇ ਸਵਾਗਤ ਕਰਦਾ ਹਾਂ। ਜਿਹੜੇ ਕਿਸਾਨ ਵੀਰ ਚੈਨਲ 'ਤੇ ਪਹਿਲੀ ਵਾਰ ਆਏ ਨੇ, ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ, ਬੈੱਲ ਵਾਲਾ ਬਟਨ ਜ਼ਰੂਰ ਦਬਾਇਆ ਤਾਂ ਜੋ ਵਧੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਕਿਸਾਨ ਵੀਰੋ, ਤਕਰੀਬਨ ਆਪਣੀਆਂ ਕਣਕਾਂ ਨੇ ਜਿਹੜੀਆਂ 90 ਕੁ ਦਿਨ ਦੇ ਆਸ ਪਾਸ ਹੋਣ ਵਾਲੀਆਂ ਨੇ, ਨਿਸਾਰਾ ਲੈ ਰਹੀਆਂ ਨੇ ਜਾਂ ਨਿਸਾਰਾ ਲੈ ਚੁੱਕੀਆਂ ਨੇ। ਅਤੇ ਹੁਣ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਬਹੁਤ ਡਾਊਟ ਚੱਲਦੇ ਹੁੰਦੇ ਨੇ, ਕਿਉਂਕਿ ਇਸ ਟਾਈਮ ਆ ਕੇ ਕਿਸਾਨ ਵੀਰਾਂ ਨੇ ਜਿਹੜੀ ਉਹਨਾਂ ਦੀ ਫਸਲ ਦੇ ਵਿੱਚ ਕੋਈ ਗੁੰਜਾਇਸ਼ ਰਹਿੰਦੀ ਹੁੰਦੀ ਉਹ ਵੀ ਪੂਰੀ ਕਰਨੀ ਹੁੰਦੀ ਆ, ਕੋਈ ਮਤਲਬ ਕਿ ਝਾੜ ਵਧਾਉਣ ਵਾਸਤੇ ਵੀ ਉਹ ਧਿਆਨ ਦਿੰਦੇ ਨੇ ਵੀ ਆਪਾਂ ਕਿੱਦਾਂ ਕਿੱਦਾਂ ਕੀ ਕਰ ਸਕਦੇ ਹਾਂ। ਅਤੇ ਬਹੁਤ ਸਾਰੇ ਫਿਰ ਕਿਸਾਨ ਵੀਰ ਆਪਦੇ ਜਿਹੜੇ ਜਿਹੜੇ ਤਰੀਕੇ ਉਹਨਾਂ ਨੂੰ ਆਉਂਦੇ ਨੇ ਉਹ ਅਪਣਾਉਂਦੇ ਨੇ ਜੀ। ਅਤੇ ਕਿਰਪਾ ਕਰਕੇ ਵੀਡੀਓ ਨੂੰ ਪੂਰੇ ਐਂਡ ਤੱਕ ਜ਼ਰੂਰ ਦੇਖਿਓ। ਤਾਂ ਕਿਸਾਨ ਵੀਰੋ, ਜਿਹੜਾ ਆਪਾਂ ਗੱਲਬਾਤ ਅੱਜ ਕਰਨੀ ਹੈ, ਜਿਹੜੀ ਦੇਖੋ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹੈਗੇ ਵੀ ਜਿਹੜੀ ਚੀਜ਼ ਦੇ ਜਾਂ ਜਿਹੜੇ ਆਪਾਂ ਨੂੰ ਐਨ ਪੀ ਕੇ ਵਗੈਰਾ ਫੰਗੀਸਾਈਡ ਵਗੈਰਾ ਦੀ ਆਪਾਂ ਨੂੰ ਲੋੜ ਹੈ ਆਪਾਂ ਉਹੀ ਵਰਤੀਏ। ਅਤੇ ਚਮਕਦਾਰ ਵਧੀਆ ਦਾਣੇ, ਵਧੀਆ ਝਾੜ, ਵਧੀਆ ਜੇ ਆਪਾਂ ਮਤਲਬ ਕਿ ਆਪਣੀ ਫਸਲ ਨੂੰ ਰੱਖਣਾ ਚਾਹੁੰਦੇ ਹਾਂਗੇ ਤਾਂ ਆਪਾਂ ਨੂੰ ਸਹੀ ਸਮੇਂ ਸਹੀ ਸਪਰੇ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਆ। ਅਤੇ ਹੁਣ ਕਿਸਾਨ ਵੀਰਾਂ ਦੇ ਦੇਖੋ ਇੰਨੇ ਕੁ ਜ਼ਿਆਦਾ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇਗੇ, ਕਿਉਂਕਿ ਗੱਲਬਾਤ ਆਪਾਂ ਹਰ ਇੱਕ ਦੇ ਨਾਲ ਕਰਦੇ ਹਾਂ, ਜੋ ਵੀ ਆਪਾਂ ਨੂੰ ਕੋਈ ਮੈਸੇਜ ਵਗੈਰਾ ਕਰਦਾ, ਕੋਈ ਫੋਨ ਵਗੈਰਾ ਕਰਦਾ। ਅਤੇ ਗੱਲਾਂ ਬਾਤਾਂ ਦੇ ਵਿੱਚ ਪਤਾ ਲੱਗਦਾ ਕਈ ਕਿਸਾਨ ਵੀਰ ਧੱਕੇ ਦੇ ਨਾਲ ਜਿਹੜਾ ਕੰਮ ਨੇ ਉਹ ਕਰ ਬਾਹਲਾ ਜ਼ਿਆਦਾ ਕਰਦੇ ਨੇ। ਜਿਹੜੀ ਚੀਜ਼ ਦੀ ਆਪਾਂ ਨੂੰ ਕੋਈ ਰਿਕਮੈਂਡੇਸ਼ਨ ਨਹੀਂ ਹੈਗੀ, ਜਿਹੜੀ ਚੀਜ਼ ਦਾ ਆਪਾਂ ਨੂੰ ਕੋਈ ਟਾਈਮ ਪੀਰੀਅਡ ਉਹਦਾ ਸਹੀ ਨਹੀਂ ਲੱਗਦਾ, ਕਿਸਾਨ ਵੀਰ ਉਹਦੇ ਵੱਲ ਹੀ ਜਾਈ ਜਾਂਦੇ ਨੇ। ਅਤੇ ਕਿਸਾਨ ਵੀਰ ਨੇ ਜਿਹੜੇ ਬਹੁਤ ਵਧੀਆ ਵੀ ਕਿਸਾਨ ਵੀਰ ਨੇ ਜਿਹੜੇ ਆਪਣਾ ਤਜਰਬਾ ਸਾਂਝਾ ਕਰਦੇ ਨੇ ਰਹਿੰਦੇ ਨੇਗੇ ਵੀ ਵੀਰੇ ਆਪਾਂ ਐਂ ਕਰਿਆ ਤੀ ਇਹਦੇ ਨਾਲ ਐਂ ਵਧੀਆ ਰਿਜ਼ਲਟ ਮਿਲਿਆ। ਦੇਖੋ ਕਿਸਾਨ ਵੀਰੋ, ਜਿਹੜਾ ਹੁਣ ਆਪਾਂ ਨੂੰ ਫੰਗੀਸਾਈਡ ਵਗੈਰਾ ਕਿਹਾ ਹੋਇਆ ਉਹ ਆਪਾਂ ਨੂੰ ਮਜਬੂਰੀ ਤੌਰ 'ਤੇ ਕਰਨਾ ਚਾਹੀਦਾ, ਜਾਂ ਜੇ ਆਪਾਂ ਕਣਕ ਦਾ ਸੀਡ ਤਿਆਰ ਕਰਨਾ ਅਜਾਈਂ ਉਹ 'ਤੇ ਪੈਸਾ ਆਪਾਂ ਨੂੰ ਵੇਸਟ ਕਰਨ ਦੀ ਕੋਈ ਲੋੜ ਨਹੀਂ। ਅਤੇ ਅੱਗੇ ਕਿਸਾਨ ਵੀਰੋ ਆ ਜਾਂਦਾ ਜਿਹੜਾ ਐੱਨ ਪੀ ਕੇ, ਸਾਰਿਆਂ ਤੋਂ ਵੱਡੀ ਕਨਫਿਊਜ਼ਨ ਕਿਸਾਨ ਵੀਰਾਂ 'ਚ ਐੱਨ ਪੀ ਕੇ ਕਰਕੇ। ਦੇਖੋ ਕਿਸਾਨ ਵੀਰੋ, ਜੇ ਤੁਹਾਡੀ ਫਸਲ ਬਿਲਕੁਲ ਠੀਕ ਠਾਕ ਖੜ੍ਹੀ ਹੈ, ਤੁਹਾਨੂੰ ਇੱਦਾਂ ਲੱਗਦਾ ਵੀ ਆਪਾਂ ਸਿਰਫ ਮਤਲਬ ਕਿ ਸਿਕਿਉਰਿਟੀ ਲਈ ਕਰਨਾ, ਸੇਫਟੀ ਲਈ ਇਹ ਕਰਨਾ ਵੀ ਯਾਰ ਆਪਾਂ ਨੂੰ ਵਧੀਆ ਚਲ ਝਾੜ ਮਿਲ ਜੇ, ਤਾਂ ਕਿਸਾਨ ਵੀਰੋ ਤੁਸੀਂ ਐੱਨ ਪੀ ਕੇ ਦੀ 13045 ਐੱਨ ਪੀ ਕੇ ਕਰੋ। ਅਤੇ ਜੇ ਤੁਹਾਨੂੰ ਲੱਗਦਾ ਕਿਸਾਨ ਵੀਰੋ ਵੀ ਹਾਂ ਯਾਰ ਆਪਾਂ ਨੇ ਥੋੜ੍ਹਾ ਹੋਰ ਵਧੀਆ ਝਾੜ ਲੈਣਾ, ਤਾਂ ਤੁਸੀਂ ਇਹਦੀਆਂ 2 ਸਪਰੇਹਾਂ ਦੇ ਸਕਦੇ ਹੋ। ਹੁਣ ਜੇ ਤੁਹਾਡੀ ਕਣਕ ਆ ਜਿਹੜੀ ਹੋਈ ਹੈ 65-70 ਦਿਨ ਦੀ ਆ, ਤੁਸੀਂ ਕਿ ਚਾਹੁੰਦੇ ਹੋ ਵੀ ਝਾੜ ਵੀ ਆਪਾਂ ਵਧੀਆ ਲਈਏ, ਫਸਲ ਗਰੋਥ ਵੀ ਆਪਣੀ ਹੋਰ ਕਰ ਜੇ, ਘੱਟ ਗਰੋਥ ਕਰੀ ਆ, ਫਿਰ ਤੁਸੀਂ 0-52-34 ਕਰ ਲਓ ਕਿਸਾਨ ਵੀਰੋ, ਜਾਂ ਐੱਨ ਪੀ ਕੇ 19-19 ਕਰ ਲਓ, 20-20 ਕਰ ਲਓ। ਅਤੇ ਸਾਰੇ ਟਾਈਮ ਆਪਾਂ 13045 ਹੀ ਕਰਨੀ ਆ। ਅਤੇ ਦੇਖੋ ਇੰਨੇ ਕੁ ਵੀਰਾਂ ਦੇ ਫੋਨ ਆਉਂਦੇ ਨੇ ਵੀਰੇ, ਆਪਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਹਰ ਇੱਕ ਤੁਹਾਨੂੰ ਯੂਟਿਊਬਰ ਇਹੀ ਗੱਲ ਕਹਿੰਦਾ ਵੀ ਸਾਰੇ ਟਾਈਮ ਜਾ ਕੇ ਸਿਰਫ ਆਪਾਂ ਨੇ ਪੋਟਾਸ਼ ਦੀ ਮਾਤਰਾ ਦੇਣੀ ਹੁੰਦੀ ਆ, ਵੀ 13045 ਨਾਲ ਆਪਣਾ ਪੋਟਾਸ਼ ਵੀ ਪੂਰਾ ਹੋ ਜਾਂਦਾ, ਨਾਈਟ੍ਰੋਜਨ ਵੀ ਮਾੜੀ ਮੋਟੀ ਮਿਲ ਜਾਂਦੀ ਆ, ਜਿਹੜੀ ਬੂਟੇ ਨੂੰ ਡੈਫੀਸ਼ੀਐਂਸੀ ਹੁੰਦੀ ਉਹ ਕਲੀਅਰ ਹੋ ਜਾਂਦੀ ਆ। ਪਰ ਯਾਰ ਕਿਸਾਨ ਵੀਰ ਨੇ ਕਿ ਜਿਹੜੇ ਉਹ ਪੁੱਛਣ ਲੱਗ ਜਾਂਦੇ ਨੇ ਵੀਰੇ ਆਹ ਟਾਈਮ 'ਤੇ ਜਾ ਕੇ ਆਪਾਂ, ਦੇਖੋ ਮੈਗਨੀਜ਼ ਤੁਸੀਂ ਨਾਲ ਐਡ ਕਰਨੀ ਹੁੰਦੀ ਆ ਕਰ ਲਓ, ਅਲੱਗ ਤੋਂ ਘੋਲ ਬਣਾ ਕੇ ਐਡ ਕਰ ਲਓ, ਪਰ ਉਹਦਾ ਓਨਾ ਰਿਜ਼ਲਟ ਨਹੀਂ ਮਿਲਦਾ ਜਿੰਨਾ ਆਪਾਂ ਨੂੰ 60-65-70 ਦਿਨ ਤੱਕ ਹੀ ਮਿਲਦਾ।
ਕਿਉਂਕਿ ਉਸ ਟਾਈਮ 'ਤੇ ਕਣਕ ਨੇ ਜਾ ਕੇ ਆਪਣੀ ਨੇ ਜੁਆਇੰਟਿੰਗ ਸਟੇਜ ਆ ਜਿਹੜੀ ਉਹ ਸ਼ੁਰੂ ਕਰਤੀ ਹੁੰਦੀ ਹੈਗੀ। ਉਦੋਂ ਪਹਿਲਾਂ ਜੇ ਆਪਾਂ ਇਹ ਸਪਰੇਹਾਂ ਦੇ ਦਾਂਗੇ ਤਾਂ ਉਹਦਾ ਆਪਾਂ ਨੂੰ ਰਿਜ਼ਲਟ ਬੈਸਟ ਮਿਲੂਗਾ। ਅਤੇ ਜਦੋਂ ਹੁਣ ਕਣਕ ਆਪਣੀ ਨਿਸਾਰਾ ਲੈਣ ਵੱਲ ਚੱਲ ਪਈ ਫਿਰ ਆਪਾਂ ਨੂੰ ਉਹ ਸਪਰੇਹਾਂ ਦਾ ਕੋਈ ਫਾਇਦਾ ਨਹੀਂ। ਚਲੋ ਆਪਾਂ ਨੂੰ ਪਤਾ ਲੱਗ ਗਿਆ ਵੀ ਹੁਣ ਆਪਣੀਆਂ ਸਪਰੇਹਾਂ ਨੇ ਜਿਹੜੀਆਂ ਮੈਗਨੀਜ਼ ਵਗੈਰਾ ਦਾ ਉਨਾ ਜ਼ਿਆਦਾ ਫਾਇਦਾ ਨਹੀਂ ਮਿਲਦਾ ਆਪਾਂ ਨੂੰ ਜਾ ਕੇ ਇਹ ਟਾਈਮ 'ਤੇ। ਮੈਗਨੀਸ਼ੀਅਮ ਆ ਉਹਦਾ ਨਹੀਂ ਆਪਾਂ ਨੂੰ ਕੋਈ ਜ਼ਿਆਦਾ ਫਾਇਦਾ ਮਿਲਦਾ ਹੁੰਦਾ ਸਟੇਜਾਂ ਦੇ ਆ, ਕਿਉਂਕਿ ਉਹ ਫਟਾਰੇ ਟਾਈਮ ਉਹਦੀ ਜ਼ਿਆਦਾ ਵਰਤੋਂ ਵਧੀਆ ਹੋ ਜੇ ਤਾਂ ਆਪਾਂ ਨੂੰ ਟੋਪ ਦੇ ਰਿਜ਼ਲਟ ਮਿਲ ਜਾਂਦੇ ਨੇ। ਅਤੇ ਫਿਰ ਆ ਜਾਂਦੀ ਆ ਕਿਸਾਨ ਵੀਰਾਂ ਦੀ ਗੱਲ ਯੂਰੀਏ ਦੀ। ਜਿਹੜਾ ਯੂਰੀਆ ਉਹ ਬਹੁਤ ਜ਼ਿਆਦਾ ਕਿਸਾਨ ਵੀਰ ਨੇ ਜਿਹੜੇ ਯੂਰੀਏ ਦੀ ਸਪਰੇਅ ਬਾਰੇ ਪੁੱਛੀ ਜਾਂਦੇ ਨੇ, ਤਾਂ ਕਿਸਾਨ ਵੀਰੋ ਯੂਰੀਏ ਦੀ ਸਪਰੇਅ ਜੇ ਤੁਹਾਡੀ ਕਣਕ ਮਾੜੀ ਹੈ, ਤੁਹਾਡੀ ਕਣਕ 80 ਦਿਨ ਦੀ ਹੋ ਗਈ, ਤੁਹਾਨੂੰ ਐਂ ਲੱਗਦਾ ਵੀ ਆਪਣੀ ਕਣਕ ਕੇਅਰ ਖੜ੍ਹੀ ਹੈ ਜੇ, ਉਨਾ ਵਧੀਆ ਆਪਾਂ ਨੂੰ ਨਹੀਂ ਰਿਜ਼ਲਟ ਮਿਲ ਰਿਹਾ, ਫਿਰ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਤਰਜੀਹ ਦੇਵੋ। ਜੇ ਤੁਹਾਡੀ ਕਣਕ ਵਧੀਆ ਪਰਮਾਤਮਾ ਦੀ ਕਿਰਪਾ ਫਿਰ ਤੁਸੀਂ ਇਹ ਪਾਛੇ ਨਾ ਜਾਓ। ਤੁਸੀਂ ਕਿਸਾਨ ਵੀਰੋ 13045 ਕਰ ਲਓ, 052434 ਜੇ ਕਰਨੀ ਹੈ ਤਾਂ ਤੁਸੀਂ ਤੁਹਾਨੂੰ ਦੱਸਿਆ 60-65 ਦਿਨ ਤੱਕ ਕਰੋ, ਚਮਕਦਾਰ ਵਧੀਆ ਦਾਣੇ ਆਉਣਗੇ, ਮਤਲਬ ਕਿ ਹੀਟ ਵੇਵ ਤੋਂ ਵੀ ਬਚਾਊਗੀ ਆਪਣੀ ਇਹਨੂੰ 13045 ਆ ਜਿਹੜੀ, ਇਹਦਾ ਬਹੁਤ ਵਧੀਆ ਫਾਇਦੇ ਨੇਗੇ। ਕਿਉਂਕਿ ਹੁਣ ਦੇਖੋ ਤੁਸੀਂ ਝੋਨੇ 'ਤੇ ਕਰੀ ਸੀਗੀ, ਬਹੁਤ ਜ਼ਿਆਦਾ ਵਧੀਆ ਰਿਜ਼ਲਟ ਤੁਹਾਨੂੰ ਝੋਨੇ 'ਤੇ ਵੀ ਇਹਨੇ ਮਿਲੇ ਨੇ, ਪਰ ਇਹਦੇ ਡੋਜ਼ ਸਹੀ ਆ ਕਿਸਾਨ ਵੀਰੋ, ਸਹੀ ਡੋਜ਼ ਵਰਤੋ। ਹੁਣ ਤੁਸੀਂ ਕਿਲੋ 1 ਕਿਲੋ 'ਤੇ ਕਰੋਗੇ ਤਾਂ ਉਹਦਾ ਕੋਈ ਜ਼ਿਆਦਾ ਵੱਡਾ ਫਾਇਦਾ ਨਹੀਂ ਹੋਣ ਲੱਗਿਆ। 1.5 ਤੋਂ 2 ਕਿਲੋ ਘੱਟੋ ਘੱਟ ਤੁਸੀਂ ਜੇ 13045 100-125 ਲੀਟਰ ਪਾਣੀ 'ਤੇ ਲਾਵੋਗੇ ਤਾਂ ਤੁਹਾਨੂੰ ਐਨ ਵਧੀਆ ਰਿਜ਼ਲਟ ਮਿਲ ਜਾਣਗੇ, ਤੁਹਾਨੂੰ ਦੱਸੂਗੀ ਸਪਰੇਅ ਕਰੀ ਹੋਈ। ਅਤੇ ਨਾਲ ਕਈ ਕਿਸਾਨ ਵੀਰ ਹੁਣ ਦੇਖੋ DAP ਯੂਰੀਆ ਦੀ ਸਪਰੇਅ ਬਾਰੇ ਪੁੱਛੇ ਜਾਂਦੇ ਨੇ, ਦੇਖੋ ਵੀਰੇ ਉਹ ਪਹਿਲਾਂ ਦਾ ਟਾਈਮ 'ਚ ਉਹ ਲੰਘ ਗਿਆ। ਹੁਣ ਜੇ ਤੁਸੀਂ ਵਧੀਆ ਚਮਕਦਾਰ ਦਾਣੇ ਕੋਈ ਵਧੀਆ ਉਹ ਕਰਨਾ, ਜਾਂ ਤੁਸੀਂ ਫੰਗੀ ਸਾਈਡ ਨੂੰ ਵੀ ਤਰਜੀਹ ਦੇ ਸਕਦੇ ਹੋ, ਪਰ ਫੰਗੀ ਸਾਈਡਾਂ ਨਾਲ ਕਿਸਾਨ ਵੀਰੋ ਝਾੜ ਨਹੀਂ ਕਦੇ ਵੱਧਦੇ ਹੁੰਦੇ, ਉਹ ਆਪਣੀ ਫਸਲ ਨੂੰ ਫੰਗਸ ਤੋਂ ਬਚਾਉਂਦਾ ਰਹਿੰਦਾ, ਪੀਲੀ ਕੁੰਗੀ ਵਗੈਰਾ ਜਿਹੜੇ ਕੋਈ ਆਪਣੀ ਫਸਲ ਨੂੰ ਕੋਈ ਦਿੱਕਤ ਆਉਂਦੀ ਹੁੰਦੀ ਉਹ ਤੋਂ ਬਚਾ ਲੈਂਦਾ, ਉਹ ਕਣਕ ਦਾ ਰੰਗ ਵਧੀਆ ਕਲੋਰੋਫਿਲ ਬਣਾ ਕੇ ਰੱਖਦਾ ਤਾਂ ਉਹਦਾ ਆਪਾਂ ਨੂੰ ਫਾਇਦਾ ਲੱਗਦਾ, ਪਰ ਝਾੜ ਨਹੀਂ ਉਹਨੇ ਕੋਈ ਆਪਣਾ ਵਧਾਉਣਾ ਹੁੰਦਾ। ਝਾੜ ਵਧਾਉਣਾ ਹੁੰਦਾ NPK ਨੇ, ਜਿਹੜੀ ਆਪਾਂ ਸਪਰੇਅ ਦੇਣੀ ਹੈ NPK, ਜਾਂ ਆਪਾਂ ਜਿਹੜਾ ਮੈਨੇਜਮੈਂਟ ਕਰਿਆ ਹੋਇਆ ਉਹਨੇ। ਮੇਨ ਝਾੜ ਵਧਾਉਣ ਦੇ ਵਿੱਚ ਰੋਲ ਹੈਗਾ ਪਰਮਾਤਮਾ ਦਾ, ਕੁਦਰਤ ਦਾ, ਕੁਦਰਤ ਦੇ ਉੱਤੋਂ ਦੀ ਕੁਛ ਨਹੀਂ ਹੈਗਾ। ਕਿਉਂਕਿ ਜੇ ਕੁਦਰਤੀ ਤਰੀਕੇ ਨਾਲ ਝਾੜ ਕੁਦਰਤ ਆਪਾਂ ਨੂੰ ਦਊਗੀ, ਉਹਦੇ ਜਿੰਨਾ ਝਾੜ ਆਪਾਂ ਬਣਾਉਟੀ ਤਰੀਕੇ ਨਾਲ ਨਹੀਂ ਲੈ ਸਕਦੇ। ਹੁਣ ਆਪਾਂ NPK ਵਗੈਰਾ ਦੇ ਦਿੰਦੇ ਹਾਂਗੇ, ਪਰ ਜੇਕਰ ਆਪਣੀ ਫਸਲ ਮੁੱਢ ਤੋਂ ਹੀ ਪੂਰੀ ਵਧੀਆ ਚੱਲੂਗੀ, ਮੈਨੇਜਮੈਂਟ ਸਹੀ ਰੱਖਾਂਗੇ, ਤਾਂ ਆਪਣਾ ਝਾੜ ਆ ਜਿਹੜਾ ਆਟੋਮੈਟਿਕਲੀ ਹੀ ਵਧੀਆ ਮਿਲਣ ਲੱਗ ਜੂ ਆਪਾਂ ਨੂੰ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਆਪਾਂ ਕੁਦਰਤ ਨਾਲ ਛੇੜਛਾੜ ਨਾ ਕਰੋ। ਦੇਖੋ ਪਰਾਲੀ ਜਿਹੜੇ ਕਿਸਾਨ ਵੀਰ ਵਿੱਚ ਵਾਹ ਸਕਦੇ ਨੇ ਉਹ ਤੁਸੀਂ ਵਾਹੋ, ਤੁਹਾਨੂੰ 4-5 ਸਾਲ ਦੇ ਵਿੱਚ ਆਪਾਂ ਨੂੰ ਵਧੀਆ ਰਿਜ਼ਲਟ ਮਿਲਣ ਲੱਗ ਜਾਣਗੇ ਇਹ ਚੀਜ਼ ਦੇ। ਦੇਖੋ ਮੈਂ ਹੁਣ ਤਾਂ ਇਹ ਵੀਡੀਓ ਪਾਈ ਆ, ਇੰਨੇ ਕੁ ਕਿਸਾਨ ਵੀਰਾਂ ਦੇ ਫੋਨ ਆਉਂਦੇ ਨੇ, ਕੋਈ ਇੱਕ ਸਾਰਿਆਂ ਤੋਂ ਵੱਡੀ ਗੱਲ, ਕਿਸਾਨ ਵੀਰ 0050 ਪਿੱਛੇ ਬਹੁਤ ਪਏ ਹੋਏ ਨੇ। ਕਿਸਾਨ ਵੀਰੋ ਜਿਹੜਾ 0050 ਇਹਦਾ ਇੰਨਾ ਕੋਈ ਕਣਕ ਦੇ ਉੱਪਰ ਫਾਇਦਾ ਨਹੀਂ ਹੁੰਦਾ। ਜ਼ਿਆਦਾ ਕਣਕ ਦੇ ਵਾਸਤੇ ਆਪਾਂ ਨੂੰ ਰਿਕਮੈਂਡ ਆ 13045। 0050 ਤਾਂ ਕਿਸਾਨ ਵੀਰੋ ਜਿਹੜੇ ਆਪਾਂ ਫਲਾਂ ਸਬਜ਼ੀਆਂ ਅਤੇ ਸਾਈਜ਼ ਬਣਾਉਣ ਵਾਸਤੇ ਉਹ ਉਹਨਾਂ ਨੂੰ ਦੇਣਾ ਚਾਹੀਦਾ, ਇਹਦੇ ਤੋਂ ਆਪਾਂ ਨੇ ਕੀ ਲੈਣਾ ਗਾ। ਇਹ ਤਾਂ 13045 ਕਰੋ, ਉਹੀ ਬੈਸਟ ਰਿਜ਼ਲਟ ਦੇ ਦੂ ਆਪਾਂ ਨੂੰ। ਕਿਉਂਕਿ ਮੈਨੂੰ ਕਿਸਾਨ ਵੀਰ ਕਮੈਂਟ ਵੀ ਦਿੰਦੇ ਨੇ ਅਤੇ ਮੈਸੇਜ ਵੀ ਕਰ ਦਿੰਦੇ ਨੇ, ਤਾਂ ਮੈਂ ਵੀਡੀਓ ਪਾਈ ਹੈ ਇਹ ਵੀ, ਕਿਉਂਕਿ ਇਕੱਲੇ ਜਣੇ ਨੂੰ ਦੱਸਣਾ ਔਖਾ ਹੁੰਦਾ। ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਇਹ ਗੱਲਾਂ ਜਾਣਕਾਰੀਆਂ ਸਾਂਝੀਆਂ ਕਰੀਆਂ ਨੇ ਸਾਰਿਆਂ ਨੂੰ ਵਧੀਆ ਲੱਗੀਆਂ ਹੋਣਗੀਆਂ।
ਇਸੇ ਤਰ੍ਹਾਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ। ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਹਰ ਇੱਕ ਜਾਣਕਾਰੀ ਤੁਹਾਡੇ ਲੱਗੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।